ਆਪਰੇਸ਼ਨ ਬਲੂ ਸਟਾਰ ਦੌਰਾਨ ਗਾਇਬ ਹੋਏ ਦਸਤਾਵੇਜ਼ਾਂ ਬਾਰੇ ਵੱਡਾ ਖੁਲਾਸਾ ਹੋਇਆ ਅਤੇ ਇਸ ਖੁਲਾਸੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਚਾਰੇ ਪਾਸਿਓਂ ਘੇਰ ਦਿੱਤਾ। ਫੌਜ ਨੇ ਖੁਲਾਸਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਬਤ ਕੀਤੇ ਗਏ ਦਸਤਾਵੇਜ਼ ਸੌਂਪ ਦਿੱਤੇ ਸਨ। ਫੌਜ ਦੇ ਵੱਲੋਂ ਸਬੂਤ ਵੀ ਸਾਹਮਣੇ ਆਏ ਨੇ। ਦਸਤਾਵੇਜ਼ਾਂ ਉੱਤੇ ਫੌਜ ਅਤੇ ਤਤਕਾਲੀ SGPC ਅਹੁਦੇਦਾਰਾਂ ਦੇ ਦਸਤਖਤ ਵੀ ਨੇ। ਖੁਲਾਸੇ ਮਗਰੋਂ SGPC ਨੇ 13 ਜੂਨ ਨੂੰ ਹੁਣ ਹੰਗਾਮੀ ਮੀਟਿੰਗ ਸੱਦ ਲਈ ਹੈ ਅਤੇ ਖੁਲਾਸੇ ਮੁਤਾਬਕ SGPC ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਅਨਮੋਲ ਖਜ਼ਾਨਾ ਵੇਚਿਆ ਸੀ। ਖੁਲਾਸਾ ਹੋਇਆ ਕਿ ਇਹ ਖਜ਼ਾਨਾ 12 ਕਰੋੜ ਰੁਪਏ ਵਿੱਚ ਵੇਚਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਇਹ ਸਰੂਪ ਸੀ। ਉਧਰ ਦੂਸਰੇ ਪਾਸੇ ਖੁਲਾਸੇ ਬਾਰੇ ਫਿਲਹਾਲ SGPC ਵੱਲੋਂ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਰਿਹਾ, ਪਰ ਹੰਗਾਮੀ ਬੈਠਕ ਜ਼ਰੂਰ ਬੁਲਾ ਲਈ ਗਈ ਹੈ। ਇਸ ਬੈਠਕ ਦੌਰਾਨ ਸਾਰਾ ਮਾਮਲਾ ਵਿਚਾਰਿਆ ਜਾਵੇਗਾ ਤੇ ਖੁਲਾਸੇ ਦੀ ਪੜਤਾਲ ਕੀਤੀ ਜਾਵੇਗੀ। ਪਿਛਲੇ ਦਿਨੀ ਇੱਕ ਅਖਬਾਰ ਵੱਲੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਜਿਹਦਾ ਅਸੀਂ ਬਹੁਤ ਗੰਭੀਰਤਾ ਨਾਲ ਨੋਟਸ ਲਿਆ ਹੈਗਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਵਿੱਚੋਂ June 1984 ਦੇ ਹਮਲੇ ਦੌਰਾਨ ਕੀਮਤੀ ਸਾਹਿਤ ਖਜ਼ਾਨਾ ਜਿਹੜਾ ਚੁਰਾ ਲਏ ਗਏ ਸੀ। ਸੋ ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 13 ਜੂਨ ਨੂੰ ਇੱਕ ਇਕੱਤਰਤਾ ਬੁਲਾਈ ਹੈ। ਇਹ ਮਾਮਲਾ ਬਹੁਤ ਸੰਜੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਇਸਦੀ ਤੱਥ ਪੜਚੋਲ ਕਰੇਗੀ। ਜਿਹੜੇ ਵੀ ਮੌਜੂਦਾ ਜਾਂ ਸਾਬਕਾ ਅਧਿਕਾਰੀ ਇਸ ਨਾਲ ਸੰਬੰਧਿਤ ਰਹੇ ਹਨ ਉਹਨਾਂ ਪਾਸੋਂ ਜਾਣਕਾਰੀ ਲਈ ਜਾਏਗੀ। ਦੱਸ ਦੇ ਕਿ ਘੱਲੂਘਾਰੇ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਵੱਲੋਂ ਸੰਦੇਸ਼ ਜਾਰੀ ਕਰਦੇ ਹੋਏ ਇਹ ਗੱਲ ਕਹੀ ਗਈ ਸੀ ਅਤੇ ਉਹਨਾਂ ਨੇ ਫੌਜ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਦਸਤਾਵੇਜ਼ ਨੂੰ ਵਾਪਸ ਕਰ ਦੇਣ, ਜਿਸ ਦੇ ਜਵਾਬ ਦੇ ਵਿੱਚ ਫੌਜ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ। ਉਧਰ ਇਸ ਖੁਲਾਸੇ ਤੋਂ ਬਾਅਦ ਵੱਖ ਵੱਖ ਲੀਡਰਾਂ ਦੇ ਬਿਆਨ ਵੀ ਸਾਹਮਣੇ ਆ ਰਹੇ ਨੇ।